ਦਾਖਲ ਕਰਾਂਗੇ ਰਾਏਕੋਟ ਦੀ, ਜਿੱਥੇ ਪਤੀ ਪਤਨੀ ਇੱਕ ਟਰੈਵਲ ਏਜੰਟ ਦੇ ਘਰ ਦੇ ਬਾਹਰ ਧਰਨਾ ਲਗਾ ਕੇ ਬੈਠ ਚੁੱਕੇ ਨੇ ਅਤੇ ਧੋਖਾ ਦਿੱਤਾ ਗਿਆ ਇਹਨਾਂ ਨੂੰ, ਇਹ ਵੀ ਕਹਿਣਾ ਹੈ। ਅਤੇ ਪਤੀ ਇਹ ਉਹੀ ਪਤੀ ਪਤਨੀ ਨੇ ਜੋ ਕੁਝ ਦਿਨ ਪਹਿਲਾਂ ਟੈਂਕੀ ਦੇ ਚੜ੍ਹੇ ਸਨ ਅਤੇ ਮੁੜ ਤੋਂ ਹੁਣ ਟੈਂਕੀ ਦੇ ਚੜ੍ਹੇ ਨੇ। ਰਾਏਕੋਟ ਦੇ ਪਿੰਡ ਬ੍ਰਹਮਪੁਰ ਦਾ ਇਹ ਮਾਮਲਾ, ਟਰੈਵਲ ਏਜੰਟ ਦੇ ਘਰ ਅੱਗੇ ਧਰਨੇ 'ਤੇ ਪਤੀ ਪਤਨੀ ਬੈਠੇ ਨੇ, ਮੁੜ ਤੋਂ ਪਾਣੀ ਦੀ ਟੈਂਕੀ 'ਤੇ ਵੀ ਚੜ੍ਹੇ ਅਤੇ ਮੌਕੇ 'ਤੇ ਫਿਰ ਪੁਲਿਸ ਪ੍ਰਸ਼ਾਸਨ ਪਹੁੰਚਿਆ। ਅਤੇ ਉੱਥੇ ਹੀ ਇਹ ਦੱਸ ਦਈਏ 1 ਸਤੰਬਰ ਤੋਂ ਪਹਿਲਾਂ ਵੀ ਪਾਣੀ ਵਾਲੀ ਟੈਂਕੀ 'ਤੇ ਇਹ ਚੜ੍ਹੇ ਸਨ ਅਤੇ ਕਾਫੀ ਕਰੜੀ ਮੁਸ਼ਕਤ ਤੋਂ ਬਾਅਦ ਇਸ ਜੋੜੇ ਨੂੰ ਉਤਾਰਿਆ ਗਿਆ ਸੀ ਅਤੇ ਮੁੜ ਤੋਂ ਪਾਣੀ ਵਾਲੀ ਟੈਂਕੀ 'ਤੇ ਇਹ ਜੋੜਾ ਚੜ੍ਹ ਚੁੱਕਿਆ। ਇਨਸਾਫ ਦੀ ਮੰਗ ਇਹ ਕਰ ਰਿਹਾ। ਟਰੈਵਲ ਏਜੰਟ ਦੇ ਘਰ ਅੱਗੇ ਪਤੀ ਪਤਨੀ ਬੈਠੇ ਦੇਖੇ ਜਾ ਸਕਦੇ ਨੇ ਅਤੇ ਉੱਥੇ ਹੀ ਟੈਂਕੀ 'ਤੇ ਚੜ੍ਹ ਗਏ ਨੇ, ਮੁੜ ਤੋਂ ਟੈਂਕੀ 'ਤੇ ਚੜ੍ਹ ਗਏ ਨੇ। ਇਸ ਤੋਂ ਪਹਿਲਾਂ ਵੀ 1 ਸਤੰਬਰ ਤੋਂ ਪਹਿਲਾਂ ਇਹ ਟੈਂਕੀ 'ਤੇ ਚੜ੍ਹੇ ਸਨ ਅਤੇ ਇਨਸਾਫ ਦੀ ਮੰਗ, ਟਰੈਵਲ ਏਜੰਟ ਦੇ ਖਿਲਾਫ਼ ਕਾਰਵਾਈ ਦੀ ਮੰਗ ਕਰਦਾ ਹੋਇਆ ਇਹ ਜੋੜਾ ਨਜ਼ਰ ਆਇਆ ਸੀ। ਪੁਰ ਪਿੰਡ ਦਾ ਸਤਨਾਮ ਸਿੰਘ ਬਾਈ ਉਰਫ ਹਰਵਿੰਦਰ ਸਿੰਘ ਜੀ, ਇਹਨਾਂ ਨੇ ਕਿਹਾ ਸੀ ਸਾਰੇ ਪਰਿਵਾਰ ਨੇ ਰਲ ਕੇ ਵੀ ਤੈਨੂੰ ਅਮੈਰੀਕਾ ਭੇਜਾਂਗੀ। ਉਹਦੇ ਵਾਸਤੇ ਇਹਨਾਂ ਨੂੰ ਅਸੀਂ 25 ਲੱਖ ਰੁਪਇਆ ਦਿੱਤਾ ਸੀਗਾ, ਉਹਦੇ ਵਿੱਚ ਇਹਨਾਂ ਨੇ 4 ਲੱਖ ਰੁਪਇਆ ਸਾਨੂੰ ਵਾਪਸ ਕਰਤਾ ਸੀ ਅਤੇ 21 ਲੱਖ ਰੁਪਇਆ ਰਹਿ ਗਿਆ ਸੀ। ਹੁਣ 1 ਸਾਲ ਹੋ ਗਿਆ ਜੀ, ਉਹਦੇ ਵਿਆਜ ਵੂਜ ਪੈ ਗਿਆ, ਹੁਣ ਤੁਹਾਨੂੰ ਪਤਾ ਹੀ ਹੈ ਜੀ ਸਾਰਾ ਸਾਡੇ ਖਰਚੇ ਦਾ। ਅਤੇ 10 ਵਿਘੇ ਜ਼ਮੀਨ 'ਤੇ ਅਸੀਂ ਉਹ ਵੀ ਬਿਆਨੇ 'ਤੇ ਦੇ ਕੇ ਪੈਸੇ ਸਾਰੇ ਚੱਕੇ ਸੀਗੇ ਜੀ, ਅਤੇ ਉਹ ਦੇਣ ਤੋਂ ਜੀ ਹੁਣ ਇਹ ਜਮੀ ਮੁੱਕ ਰਿਹਾ। 2 ਮਹੀਨੇ ਹੋ ਗਏ ਜੀ ਮੇਰੇ ਮਾਂ ਪਿਓ ਨੂੰ ਬੈਠਿਆਂ ਨੂੰ। ਇੱਕ ਵਾਰ ਪਹਿਲਾਂ ਵੀ ਟੈਂਕੀ 'ਤੇ ਚੜ੍ਹੇ ਸੀ, ਉਦੋਂ ਕੀ ਫਿਰ ਹੋਇਆ? ਉਹ ਤਾਂ ਜੀ ਪੁਲਿਸ ਪ੍ਰਸ਼ਾਸਨ ਕਹਿੰਦੀ ਵੀ ਅਸੀਂ ਜ਼ੋਰ ਲਾਵਾਂਗੇ, ਦਵਾਵਾਂਗੇ ਪੈਸੇ। 2 ਦਿਨ ਲੈ ਲਏ ਸੀ ਉਦੋਂ ਇਹਨਾਂ ਨੇ ਜੀ ਭਾਨੇ ਸਿੱਧੂ ਤੋਂ, ਅਤੇ ਭਾਨੇ ਸਿੱਧੂ ਤੋਂ ਦੁਬਾਰੇ ਕਾਲ ਕਰੀ ਜੀ, ਕਹਿੰਦਾ ਬੁੱਧਵਾਰ ਨੂੰ ਆਵਾਂਗੇ ਜੀ, ਸਵੇਰੇ ਕਹਿ ਕੇ ਹੱਥਾਂ ਨੂੰ ਮੁੱਕਰ ਜਾਂਦੇ ਨੇ। ਅਤੇ ਹੁਣ ਅੱਜ ਕਿਉਂ ਜਿਹੜੇ ਟੈਂਕੀ 'ਤੇ ਅੱਜ ਉਹੀ ਰੌਲਾ ਜੀ, ਬਸ ਪੈਸੇ ਦੋ ਜੀ, ਸਾਨੂੰ ਇਨਸਾਫ਼ ਨਹੀਂ ਮਿਲ ਰਿਹਾ, ਸਾਨੂੰ ਕਾਨੂੰਨ 'ਤੇ ਕੋਈ ਭਰੋਸਾ ਨਹੀਂ ਰਿਹਾ ਹੈਗਾ, ਕਿਸੇ ਕੋਰਟ 'ਤੇ ਨਹੀਂ ਰਿਹਾ, ਤਰੀਕਾਂ 'ਤੇ ਤਰੀਕਾਂ ਪਾਉਣ ਦਿਆ, ਇਹ ਗਾਹਾਂ ਕਰ ਦਿੰਦੇ ਆ, ਫੇਰ ਗਾਹਾਂ ਕਰ ਦਿੰਦੇ ਆ ਜੀ। ਅਤੇ ਹੁਣ ਫਿਰ ਕੀ ਮੰਗ ਆ, ਕਿਉਂ ਕਿਵੇਂ ਉਤਰਨਗੇ ਥੱਲੇ ਮਾਤਾ ਪਿਤਾ? ਮੰਗ ਤਾਂ ਜੀ ਹੁਣ ਸਾਡੇ ਇਹੀ ਆ, ਪੈਸੇ ਦੇਣ ਸਾਡੇ, ਅਸੀਂ ਘਰ ਨੂੰ ਜਾਏ, ਅਤੇ ਜਿਹੜਾ ਉਹਨੇ ਨੋਟਸ ਕਢਵਾਇਆ ਗਏ ਸਾਡੇ, ਨੋਟਸ ਕਢਵਾਇਆ, ਕਹਿੰਦਾ ਵੀ ਮੇਰੀ ਪ੍ਰੋਪਰਟੀ 'ਤੇ ਕਬਜ਼ਾ ਕਰਨ ਨੂੰ ਕਹਿੰਦੇ ਆ ਇਹ, ਨਾਲ ਆਪਦੀ ਪ੍ਰੋਪਰਟੀ ਟੇ ਚੁਕਾਈ ਆ, ਕਹਿੰਦਾ ਮੇਰੇ 500 ਦਾ ਟੀਕਾ ਲੱਗਦਾ ਜੀ, ਆਹ ਮੇਰੀ ਬੇਬੇ 80 ਸਾਲਾਂ ਦੀ ਆ ਜੀ, ਠੀਕ ਹੈ, ਆਪ ਕਹਿੰਦਾ ਮੈਂ 70 ਸਾਲਾਂ ਦਾ, ਫਿਰ ਇਹ ਕਿੱਧਰ ਜਾਵੇ, ਇਹਨੂੰ ਬੈਠੀ ਨੂੰ 2 ਮਹੀਨੇ ਹੋ ਗਏ ਜੀ, ਰੋਡ ਦੇ ਉੱਪਰ ਬੈਠੇ ਨੇ ਇਹ ਦਿਨ ਰਾਤ ਹੀ। ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ? ਪ੍ਰਸ਼ਾਸਨ ਤੋਂ ਮੰਗ ਇਹੀ ਕਰਦੇ ਜੀ, ਸਾਡੇ ਪੈਸੇ ਵਾਪਸ ਕਰਾਏ ਜਾਣ, ਅਤੇ ਜਿਹੜਾ ਇਹਨੇ ਨੋਟ ਕਰਾਂਗੇ ਰਾਏਕੋਟ ਦੀ, ਜਿੱਥੇ ਪਤੀ ਪਤਨੀ ਇੱਕ ਟਰੈਵਲ ਏਜੰਟ ਦੇ ਘਰ ਦੇ ਬਾਹਰ ਧਰਨਾ ਲਗਾ ਕੇ ਬੈਠ ਚੁੱਕੇ ਨੇ ਅਤੇ ਧੋਖਾ ਦਿੱਤਾ ਗਿਆ ਇਹਨਾਂ ਨੂੰ, ਇਹ ਵੀ ਕਹਿਣਾ ਹੈ। ਅਤੇ ਪਤੀ ਇਹ ਉਹੀ ਪਤੀ ਪਤਨੀ ਨੇ ਜੋ ਕੁਝ ਦਿਨ ਪਹਿਲਾਂ ਟੈਂਕੀ 'ਤੇ ਚੜ੍ਹੇ ਸਨ ਅਤੇ ਮੁੜ ਤੋਂ ਹੁਣ ਟੈਂਕੀ 'ਤੇ ਚੜ੍ਹੇ ਨੇ। ਰਾਏਕੋਟ ਦੇ ਪਿੰਡ ਬ੍ਰਹਮਪੁਰ ਦਾ ਇਹ ਮਾਮਲਾ, ਟਰੈਵਲ ਏਜੰਟ ਦੇ ਘਰ ਅੱਗੇ ਧਰਨੇ 'ਤੇ ਪਤੀ ਪਤਨੀ ਬੈਠੇ ਨੇ, ਮੁੜ ਤੋਂ ਪਾਣੀ ਦੀ ਟੈਂਕੀ 'ਤੇ ਵੀ ਚੜ੍ਹੇ ਅਤੇ ਮੌਕੇ 'ਤੇ ਫਿਰ ਪੁਲਿਸ ਪ੍ਰਸ਼ਾਸਨ ਪਹੁੰਚਿਆ। ਅਤੇ ਉੱਥੇ ਹੀ ਇਹ ਦੱਸ ਦਈਏ 1 ਸਤੰਬਰ ਤੋਂ ਪਹਿਲਾਂ ਵੀ ਪਾਣੀ ਵਾਲੀ ਟੈਂਕੀ 'ਤੇ ਇਹ ਚੜ੍ਹੇ ਸਨ ਅਤੇ ਕਾਫੀ ਕਰੜੀ ਮੁਸ਼ਕਤ ਤੋਂ ਬਾਅਦ ਇਸ ਜੋੜੇ ਨੂੰ ਉਤਾਰਿਆ ਗਿਆ ਸੀ ਅਤੇ ਮੁੜ ਤੋਂ ਪਾਣੀ ਵਾਲੀ ਟੈਂਕੀ 'ਤੇ ਇਹ ਜੋੜਾ ਚੜ੍ਹ ਚੁੱਕਿਆ। ਇਨਸਾਫ਼ ਦੀ ਮੰਗ ਇਹ ਕਰ ਰਿਹਾ। ਟਰੈਵਲ ਏਜੰਟ ਦੇ ਘਰ ਅੱਗੇ ਪਤੀ ਪਤਨੀ ਬੈਠੇ ਦੇਖੇ ਜਾ ਸਕਦੇ ਨੇ ਅਤੇ ਉੱਥੇ ਹੀ ਟੈਂਕੀ 'ਤੇ ਚੜ੍ਹ ਗਏ ਨੇ, ਮੁੜ ਤੋਂ ਟੈਂਕੀ 'ਤੇ ਚੜ੍ਹ ਗਏ ਨੇ। ਇਸ ਤੋਂ ਪਹਿਲਾਂ ਵੀ 1 ਸਤੰਬਰ ਤੋਂ ਪਹਿਲਾਂ ਇਹ ਟੈਂਕੀ 'ਤੇ ਚੜ੍ਹੇ ਸਨ ਅਤੇ ਇਨਸਾਫ਼ ਦੀ ਮੰਗ, ਟਰੈਵਲ ਏਜੰਟ ਦੇ ਖਿਲਾਫ਼ ਕਾਰਵਾਈ ਦੀ ਮੰਗ ਕਰਦਾ ਹੋਇਆ ਇਹ ਜੋੜਾ ਨਜ਼ਰ ਆਇਆ ਸੀ। ਪੁਰ ਪਿੰਡ ਦਾ ਸਤਨਾਮ ਸਿੰਘ ਬਾਈ ਉਰਫ ਹਰਵਿੰਦਰ ਸਿੰਘ ਜੀ, ਇਹਨਾਂ ਨੇ ਕਿਹਾ ਸੀ ਸਾਰੇ ਪਰਿਵਾਰ ਨੇ ਰਲ ਕੇ ਵੀ ਤੈਨੂੰ ਅਮੈਰੀਕਾ ਭੇਜਾਂਗੀ। ਉਹਦੇ ਵਾਸਤੇ ਇਹਨਾਂ ਨੂੰ ਅਸੀਂ 25 ਲੱਖ ਰੁਪਇਆ ਦਿੱਤਾ ਸੀਗਾ, ਉਹਦੇ ਵਿੱਚ ਇਹਨਾਂ ਨੇ 4 ਲੱਖ ਰੁਪਇਆ ਸਾਨੂੰ ਵਾਪਸ ਕਰਤਾ ਸੀ ਅਤੇ 21 ਲੱਖ ਰੁਪਇਆ ਰਹਿ ਗਿਆ ਸੀ। ਹੁਣ 1 ਸਾਲ ਹੋ ਗਿਆ ਜੀ, ਉਹਦੇ ਵਿਆਜ ਵੂਜ ਪੈ ਗਿਆ, ਹੁਣ ਤੁਹਾਨੂੰ ਪਤਾ ਹੀ ਹੈ ਜੀ ਸਾਰਾ ਸਾਡੇ ਖਰਚੇ ਦਾ। ਅਤੇ 10 ਵਿਘੇ ਜ਼ਮੀਨ 'ਤੇ ਅਸੀਂ ਉਹ ਵੀ ਬਿਆਨੇ 'ਤੇ ਦੇ ਕੇ ਪੈਸੇ ਸਾਰੇ ਚੱਕੇ ਸੀਗੇ ਜੀ।
ਤੇ ਉਹ ਦੇਣ ਤੋਂ ਹੀ ਹੁਣ ਇਹ ਜਮੀ ਮੁੱਕ ਰਿਹਾ। 2 ਮਹੀਨੇ ਹੋ ਗਏ ਮਰੇ ਮਾਂ ਪਿਓ ਨੂੰ ਬੈਠਿਆਂ ਨੂੰ। ਨਹੀਂ ਇੱਕ ਵਾਰ ਪਹਿਲਾਂ ਵੀ ਟੈਂਕੀ ਤੇ ਜਿਹੜੇ ਸੀ ਉਦੋਂ ਕੀ ਫਿਰ ਹੋਇਆ? ਉਹ ਤਾਂ ਹੀ ਪੁਲਿਸ ਪ੍ਰਸ਼ਾਸਨ ਕਹਿੰਦੇ ਵੀ ਅਸੀਂ ਜ਼ੋਰ ਲਾਵਾਂਗੇ, ਇਹ ਦਵਾਵਾਂਗੇ ਪੈਸੇ। 2 ਦਿਨ ਲੈ ਲਏ ਸੀ ਉਦੋਂ ਇਹਨਾਂ ਨੇ ਭਾਨੇ ਸਿੱਧੂ ਤੋਂ, ਤੇ ਭਾਨੇ ਸਿੱਧੂ ਤੋਂ ਦੁਬਾਰੇ ਕਾਲ ਕਰੀ ਸੀ ਕਹਿੰਦਾ ਬੁੱਧਵਾਰ ਨੂੰ ਆਵਾਂਗੇ, ਸਵੇਰੇ ਕਹਿ ਕੇ ਹੱਥ ਨੂੰ ਮੁੱਕਰ ਜਾਂਦੇ ਨੇ। ਤੇ ਹੁਣ ਅੱਜ ਕਿਉਂ ਜਿਹੜੇ ਟੈਂਕੀ ਤੇ? ਅੱਜ ਉਹੀ ਰੌਲਾ ਹੀ, ਬਸ ਪੈਸੇ ਦਵਾਉਣ ਜੀ ਸਾਨੂੰ, ਸਾਨੂੰ ਇਨਸਾਫ਼ ਨਹੀਂ ਮਿਲ ਰਿਹਾ, ਸਾਨੂੰ ਕਾਨੂੰਨ ਤੇ ਕੋਈ ਭਰੋਸਾ ਨਹੀਂ ਰਿਹਾ ਹੈਗਾ, ਕਿਸੇ ਕੋਰਟ ਤੇ ਨਹੀਂ ਰਿਹਾ, ਤਰੀਕਾਂ ਤੇ ਤਰੀਕਾਂ ਪਾਉਣ ਦਿਆ ਇਹ ਗਾਹਾਂ ਕਰ ਦਿੰਦੇ ਆ, ਫੇਰ ਗਾਹਾਂ ਕਰ ਦਿੰਦੇ ਆ ਜੀ। ਤੇ ਹੁਣ ਫਿਰ ਕੀ ਮੰਗ ਆ, ਕਿਉਂ ਕਿਵੇਂ ਉਤਰਨਗੇ ਥੱਲੇ ਮਾਤਾ ਪਿਤਾ? ਮੰਗ ਤਾਂ ਹੁਣ ਸਾਡੀ ਇਹੀ ਆ, ਪੈਸੇ ਦੇਣ ਸਾਡੇ, ਅਸੀਂ ਘਰ ਨੂੰ ਜਾਏ। ਤੇ ਜਿਹੜਾ ਉਹਨੇ ਨੋਟਸ ਕਢਵਾਇਆ ਗਏ ਸਾਡੇ, ਨੋਟਸ ਕਢਵਾਇਆ ਗਏ, ਕਹਿੰਦਾ ਵੀ ਮੇਰੀ ਪ੍ਰੋਪਰਟੀ ਤੇ ਕਬਜ਼ਾ ਕਰਨ ਨੂੰ ਕਹਿੰਦੇ ਆ ਇਹ, ਨਾਲ ਆਪਦੀ ਪ੍ਰੋਪਰਟੀ ਟੇਚ ਕਰੀ ਆ, ਕਹਿੰਦਾ ਮੇਰੇ 500 ਦਾ ਟੀਕਾ ਲੱਗਦਾ ਜੀ। ਆ ਮੇਰੀ ਬੇਬੇ 80 ਸਾਲਾਂ ਦੀ ਆ ਜੀ, ਠੀਕ ਹੈ, ਆਪ ਕਹਿੰਦਾ ਮੈਂ 70 ਸਾਲਾਂ ਦਾ। ਫਿਰ ਇਹ ਕਿੱਧਰ ਜਾਵੇ, ਇਹਨੂੰ ਬੈਠੀ ਨੂੰ 2 ਮਹੀਨੇ ਹੋ ਗਏ ਜੀ, ਰੋਡ ਦੇ ਉੱਪਰ ਬੈਠੇ ਨੇ ਇਹ ਦਿਨ ਰਾਤ ਹੀ।